ਹਰਿਆਣਾ ਦੇ ਜਿੰਦ ਸ਼ਹਿਰ ਦੇ ਹਾਂਸੀ ਰੋਡ ਉੱਤੇ ਬੀਤੀ ਰਾਤ BSNL ਨੇੜੇ ਇੱਕ ਚੌਂਕ ਵਿੱਚ ਝੋਪੜੀ ਵਿੱਚ ਅੱਗ ਲੱਗਣ ਨਾਲ 3 ਬੱਚੇ ਜਿੰਦਾ ਸੜ ਗਏ ਅਤੇ 2 ਹੋਰ ਬੱਚੇ ਅਤੇ ਉਹਨਾਂ ਦੀ ਮਾਂ ਬੁਰੀ ਤਰ੍ਹਾਂ ਝੁਲਸ ਗਏ। ਝੁਲਸੇ ਹੋਏ ਦੋਵੇਂ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਰੋਹਤਕ ਸਥਿਤ PGI ਰੈਫਰ ਕਰ ਦਿੱਤਾ ਗਿਆ। ਮਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।